ਹਾਂਜੀ ਦੋਸਤੋ ਮੈਂ ਤਾਂ ਸ਼ੇਮ ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਅੱਜ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਇਸੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸਵੇਰ ਦੀਆਂ ਅੱਜ ਦੀਆਂ तमाम ਤੇ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਦੇ ਭਲ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੁੰਵੀਆਂ ਖਬਰਾਂ ਤੇ ਪਹਿਲੀ ਝੁੰਵੀ ਖਬਰ ਹੈ ਕਿ ਮੀਆਮਾਰ ਤਖਤਾ ਪਲਟ ਲੋਕਾਂ ਦਾ ਪ੍ਰਦਰਸ਼ਨ ਸਰਕਾਰ ਨੇ ਬੰਦ ਕੀਤਾ ਇੰਟਰਨੈਟ ਚੱਕਾ ਜਾਮ ਦਰਾਂ ਦਿੱਲੀ ਪੁਸ ਦਾ ਵੱਡਾ ਐਕਸ਼ਨ ਪੰਜਾਬ समेत ਚਾਰ ਰਾਜਾਂ ਵਿੱਚ ਛਾਪੇ ਮਾਰੀ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦਾ ਹਾਲ ਦੇਖ ਜਜ਼ਬਾਤੀ ਹੋਇਆ ਬ੍ਰੈਂਟਨ ਦਾ ਮੇਅਰ ਕਿਸਾਨਾਂ ਦੇ ਹੱਕ ਚ ਕਹੀ ਵੱਡੀ ਗੱਲ ਕਿਸਾਨ 40 ਲੱਖ ਟਰੈਕਟਰਾਂ ਨਾਲ ਕੱਢਣਗੇ ਅਗਲਾ ਮਾਰਚ ਰਾਕੀਸ਼ ਟਿਕੈਟ YouTube ਦੇ ਕਿਸਾਨੀ ਸੰਗਾਸ਼ ਦੇ ਗੀਤ ਬਹਿਨ ਕਮਰ ਗਰੇਵਾਲ ਤੇ ਹਿੰਮਤ ਸਿੰਘ ਦੇ ਗੀਤਾਂ ਦੇ ਪਾਵਨ ਦੀ ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲੇ 1 ਲੱਖ ਨਾਮੀ ਲੱਖਾ ਸਦਣਾ ਸਿਗੂ ਬਾਰਡਰ ਤੇ ਪਰਤਿਆ ਵਾਪਸ ਕਿਹਾ ਪੰਜਾਬ ਹੀ ਅੰਦੋਲਨ ਦੀ ਕਰੇ ਅਗਵਾਈ ਸਰਕਾਰ ਕੋਲ ਕਾਨੂੰਨ ਰੱਦ ਕਰ ਲਈ ਈ ਨੀ ਤਾਰੀਖ ਤੱਕ ਸਮਾਂ ਹਟਾਇਆ ਤੇ ਕਹੇ ਤਾਂ ਬੋਲੇ ਫਿਰ ਉਲਿਖਾਂਗੇ ਅਗਲੀ ਰਣਨੀਤੀ ਤਿਰੰਗੇ ਦੀ ਬੇਅਦਬੀ ਵਾਲੀ ਘਟਨਾ ਕੋਰਾ ਝੂਠ ਸ਼ਿਵ ਸੈਨਾ ਨੇ ਪੀਐਮ ਦੇ ਦਾਅਵੇ ਦੇ ਚੁੱਕੇ ਸਵਾਲ ਸਬਜ਼ੀ ਦਾ ਤੜਕਾ ਪਾਵੇਗਾ ਮਹਿੰਗਾ ਕਈ ਸ਼ਹਿਰਾਂ ਵਿੱਚ ਪੰਜਾਹ ਪੇਪਰ ਦੀ ਕਿਲੋ ਤੋਂ ਪਾਰ ਹੋਏ ਗੰਡੇ ਕਿਸਾਨ ਚੱਕਾ ਜਾਮਦਰਾਂ ਦੀ ਰਿਕਵੈਸਟ ਕਹਿ ਦੀ ਚੇਤਾਵਨੀ ਅਣ ਸੁਖਾਵੀ ਘਟਨਾ ਹੋਣ ਤੇ ਮਿਲੇਗੀ ਸਜ਼ਾ ਪੰਚਾਇਤੀ ਤਲਾਕਾਂ ਨੂੰ ਦੀ ਨਜ਼ਰ ਵਿੱਚ ਮੰਨ ਜੋਗ ਨਹੀਂ ਹਾਈ ਕੋਰਟ ਦੀ ਟਿੱਪਣੀ ਪੰਜਾਬ ਦੇ ਜੀਐਸਟੀ ਬਕਾਇਆ ਮਗਰੋਂ ਹੁਣ ਕੇਂਦਰ ਨੇ ਰੋਕਿਆ ਇਹ ਫੰਡ ਨਹੀਂ ਦੱਸਿਆ ਕਾਰਨ ਪੀਐਮ ਕਿਸਾਨ ਸਕੀਮ ਨਾਲ ਲਿੰਕ ਹੋਈ ਕਿਸਾਨ ਕ੍ਰੈਡਿਟ ਕਾਰਡ ਜੋ ਇਹਨਾਂ ਕਿਸਾਨਾਂ ਪਰ ਇੰਜ ਲੈ ਸਕਦੇ ਨੇ ਲਾਭ ਆ ਦੋਸਤੋ ਇਸੇ ਕੀ ਆਪਣੀਆਂ ਸਮੇਂ ਦੀਆਂ ਚੋਣਵੀਆਂ ਖਬਰਾਂ ਐਸੇ ਨਾਲ ਹੀ ਗੱਲਬਾਤ ਕਰਦੇ ਜੇ ਸਮੇਂ ਦੀ ਪਹਿਲੀ ਵੱਡੀ ਖਬਰ ਦੀ ਕਿਰਪਾ ਕਰਕੇ ਆਪਣੀਆਂ ਖਬਰਾਂ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਜਿਹੜੀ ਆਪਣੀਆਂ ਖਬਰਾਂ ਤੁਹਾਡੇ ਲਾਈਕ ਕਰਨ ਸਾਰੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕਣ ਇਸੇ ਦੇ ਨਾਲ ਹੀ ਪਹਿਲੀ ਖਬਰ ਹੈ ਕਿ ਮਿਆਂਮਾਰ ਤਖਤਾ ਪਲਟ ਲੋਕਾਂ ਦਾ ਪ੍ਰਦਰਸ਼ਨ ਸਰਕਾਰ ਨੇ ਬੰਦ ਕੀਤਾ ਇੰਟਰਨੈਟ ਮਿਆਂਮਾਰ ਵਿੱਚ ਫੌਜ ਦੇ ਤਖਤਾ ਪਲਟ ਤੋਂ ਬਾਅਦ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਨੇ ਇਸੇ ਵਿਚਾਲੇ ਸੈਨਿਕ ਸ਼ਾਸਕਾਂ ਨੇ ਦੇਸ਼ ਦਾ ਇੰਟਰਨੈਟ ਬੰਦ ਕਰ ਦਿੱਤਾ ਤੇ ਇੰਟਰਨੈਟ ਤੇ ਨજર ਰੱਖਣ ਵਾਲੀ ਸੰਸਥਾ ਨੈਟਬਲ ਇੰਟਰਨੈਟ অবজারਵੇਟਰੀ ਮੁਤਾਬਕ ਦੇਸ਼ ਨੂੰ ਪੂਰੀ ਤਰ੍ਹਾਂ ਇੰਟਰਨੈਟ ਲਾਕਡਾਊਨ ਲਾਗੂ ਹੈ ਤੇ ਸਿਰਫ 16% ਲੋਕ ਹੀ ਕਨੈਕਟ ਕਰਨ ਵਿੱਚ ਸਮਰੱਥ ਨੇ ਤੇ ਬੀਬੀਸੀ ਦੀ ਬਰਮੀਜ ਸੇਵਾ ਨੇ ਵੀ ਇੰਟਰਨੈਟ ਕੱਟੇ ਜਾਣ ਦੀ ਪੁਸ਼ਟੀ ਕੀਤੀ ਤੇ ਸੋਮਵਾਰ ਨੂੰ ਫੌਜ ਨੇ ਸੁਵਾਰਨ ਫਾਇਦੇ ਸੱਤਾ ਹੱਥ ਵਿੱਚ ਲੈਣ ਤੋਂ ਬਾਅਦ ਇਸ ਵਿੱਚ ਸਭ ਤੋਂ ਵੱਡੀ ਰੈਲੀ ਹੋਈ ਮੁੱਖ ਸ਼ਹਿਰ ਹੈ ਜੰਗੂਨ ਵਿੱਚ ਪਰੰਤ ਸਰਕਾਰੀ ਪੀੜ ਦੇ ਸੈਨਿਕ ਤਾਨਾਸ਼ਾ ਨਾਕਾਮ ਹੋਵੇ ਲੋਕਤਾ ਦੀ ਜਿੱਤ ਹੋਵੇ ਦੇ ਨਾਰੇ ਲਗਾਏ ਦੰਗਾ ਵਿਰੋਧੀ ਪੁਲਿਸ ਨੇ ਸ਼ਹਿਰ ਦੇ ਕੇਂਦਰੀ ਇਲਾਕਿਆਂ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਫੇਸਬੁੱਕ ਤੇ ਪਾਬੰਦੀ ਲਗਾਈ ਜਾਣ ਦੇ ਇੱਕ ਦਿਨ ਬਾਅਦ ਇੰਸਟਾਗ੍ਰਾਮ ਤੇ ਟਵਿੱਟਰ ਤੇ ਰੋਕ ਲਗਾ ਦਿੱਤੀ ਗਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਕੱਠੇ ਕਰਨ ਤੋਂ ਰੋਕਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਚੱਕਾ ਜਾਮ ਦੌਰਾਨ ਦਿੱਲੀ ਪੁਸ ਦਾ ਵੱਡਾ ਐਕਸ਼ਨ ਪੰਜਾਬ ਸਮੇਤ ਚਾਰ ਰਾਜਾਂ ਵਿੱਚ ਛਾਪੇਮਾਰੀ ਸ਼ਬੀ ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਪ੍ਰੇਡਾਨ ਹੋਈ ਹਿੰਸਾ ਦੀ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਦੇਸ਼ ਦੇ ਕਿਸਾਨਾਂ ਦੇ ਚੱਕਾ ਜਾਮ ਦੌਰਾਨ ਦਿੱਲੀ ਪੁਸ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਦਿੱਲੀ ਪੁਸ ਦੀ ਇਹ ਛਾਪੇਮਾਰੀ ਅਜਿਹੇ ਸਮੇਂ ਹੋਈ ਜਦੋਂ 26 ਜਨਵਰੀ ਦੇ ਦਿਨ ਲਾਲ ਕਿਲੇ 'ਤੇ ਹੋਈ ਹਿੰਸਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾਲ ਕਿਲੇ ਤੇ ਪਹੁੰਚੇ ਬਦਰਸ਼ਕਰੀ ਘੇੜ ਤੋੜਨ ਦੀ ਗੱਲ ਕਰ ਰਹੇ ਨੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਰਾਰਤੀ ਅਸਰ ਕੁੱਟਣ ਮਾਰਨ ਦੀ ਗੱਲ ਕਰ ਰਹੇ ਨੇ ਤੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਕ੍ਰਾਈਮ ਬ੍ਰਾਂਚ ਨੂੰ ਨੈਸ਼ਨਲ ਫਾਰਮਾਸਿਅਕ ਐਕਸਪਰਟਸ ਦੇ ਮਾਧਿਅਮ ਨਾਲ ਕੁਝ ਤਸਵੀਰਾਂ ਵੀ ਮਿਲੀਆਂ ਨੇ ਇਹਨਾਂ ਤਸਵੀਰਾਂ ਤੋਂ ਪਤਾ ਚੱਲੇਗਾ ਇਸ ਤਰ੍ਹਾਂ ਨਕਾਬਪੋਸ਼ ਲੋਕਾਂ ਨੇ ਹਮਲਾ ਕੀਤਾ ਸੀ ਅਤੇ ਤਸਵੀਰਾਂ ਵਿੱਚ ਨਕਾਬਪੋਸ਼ ਹਮਲਾਵਰ ਪੁਲਸ ਉਤੇ ਹਮਲਾ ਕਰਨ ਦੀ ਤਿਆਰੀ ਕਰਦੇ ਦਿਖ ਰਹੇ ਨੇ ਜਿਹੜੀ ਹੈ ਤਸਵੀਰਾਂ ਸਾਹਮਣੇ ਇਹਨਾਂ ਜਿਸ ਵਿੱਚ ਨਕਾਬਪੋਸ਼ ਸ਼ਰਾਤੀ ਨੰਸਰਾਂ ਦੇ ਹਿੰਸਾ ਦੇ ਸਮੇਂ ਪੁਲਸ ਕਰਮਚਾਰੀਆਂ ਉਤੇ ਹਮਲਾ ਕਰਦੇ ਹੋਏ ਦੇਖੇ ਜਾਂਦੇ ਨੇ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਇਹਨਾਂ ਸਾਰਿਆਂ ਦੀ ਭਾਲ ਵਿੱਚ ਹੈ ਦਿੱਲੀ ਦੇ ਬਾਟਨਰ ਦੇ ਕਿਸਾਨਾਂ ਦਾ ਹਾਲ ਦੇਖ ਜਜਬਾਤੀ ਹੋਇਆ ਬ੍ਰੈਂਟਨ ਦਾ ਮੇਅਰ ਕਿਸਾਨਾਂ ਦੇ ਹੱਕ ਵਿੱਚ ਕਹੀ ਇਹ ਵੱਡੀ ਗੱਲ ਕਹਿੰਦਾ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ ਤਹਿਤਰਵਾ ਦੇਣ ਅਤੇ ਠੰਡ ਅਤੇ ਸੰਗੇ ਤੁਹਾਨੂੰ ਸਹਿ ਕੇ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਕੇਂਦਰ ਦੇ ਤਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਲਹਿਰ ਕਰਕ ਦੀ ਠੰਡ ਅਤੇ ਮੀਂਹ ਦੇ باوجود ਵੀ ਜਾਰੀ ਹੈ ਖੇਤੀਬਾੜੀ ਕਾਨੂੰਨਾਂਵਾਂ ਦੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਜਿਹੜੇ ਇਸ ਵੇਲੇ ਲਗਾਤਾਰ ਡਟੇ ਹੋਏ ਨੇ ਪਰ ਹੁਣ ਭਾਰਤ ਦੇ ਨਾਲ ਨਾਲ ਹੁਣ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ ਵਿਦੇਸ਼ਾਂ ਤੋਂ ਕਲਾਕਾਰ ਖਿਡਾਰੀ ਅਤੇ ਮੰਤਰੀਆਂ ਵੱਲ ਲਗਾਤਾਰ ਕਿਸਾਨ ਅੰਦolan ਦਾ ਸਮਰਥਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨਰ ਨੂੰ ਅੰਤਰਰਾਸ਼ਟਰੀ ਸੁਰੱਖਿਆ ਮਿਲ ਰਹੀਆਂ ਨੇ ਇਸ ਦੇ ਵਿਚਕਾਰ ਹੁਣ ਬ੍ਰੈਂਪਟਨ ਦੇ ਮੇਅਰ ਨੇ ਕਿਸਾਨਾਂ ਦੇ ਅੰਦੋਲਨ ਸੰਬੰਧੀ ਬਿਆਨ ਦਿੱਤਾ ਹੈ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਬਹੁਤ ਸਾਰੇ ਬ੍ਰੈਂਪਟਨ ਵਾਸੀ ਭਾਰਤ ਵਿੱਚ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਆਉਂਦੇ ਨੇ ਤੇ ਉਹਨਾਂ ਲਈ ਸ਼ਾਂਤੀਪੂਰਨ ਸ਼ਾਂਤੀਪੂਰਨ ਫਾਰਮਰ ਪ੍ਰੋਟੈਸਟ ਪ੍ਰਤੀਕਰਮ ਵੇਖਣਾ ਉਹਨਾਂ ਲਈ ਤਣਾਅਪੂਰਨ ਹੋ ਰਿਹਾ ਹੈ ਤੇ ਜਿਵੇਂ ਤੋ ਆ ਰਹੀਆਂ ਤਾਇਆ ਤਸਵੀਰਾਂ ਵੀ ਦਹਿਲ ਢੋੜ ਰਹੀਆਂ ਨੇ ਕਿਸਾਨ 40 ਲੱਖ ਟ੍ਰੈਕਟਰ ਨਾਲ ਕੱਢਣਗੇ ਅਗਲਾ ਮਾਰਚ ਰੱਖ ਕੇ ਸ਼ਰਤ ਇਕੈਤ ਗਾਜੀਪੁਰ ਸਰਹੱਦੀ ਕਿਸਾਨ ਮੋਰਚੇ ਦੇ ਕੌਮੀ ਆਗੂ ਰਿਕਵੈਸਟ ਕਰਦ ਨੇ ਆਖਿਆ ਕਿ ਸੰਯੁਕਤ ਮੋਰਚੇ ਦੇ ਕੋਈ ਭੈਣ ਭੇਦ ਨਹੀਂ ਕੋਈ ਵੀ ਫੈਸਲਾ ਸਾਂਝਾ ਕਰਨ ਸੰਯੁਕਤ ਮੋਰਚਾ ਹੀ ਲਾਵੇਗਾ ਸਾਡਾ ਮਨ ਚ ਸਾਡੀ ਸੋਚ ਇੱਕ ਹੀ ਹੈ ਅਤੇ ਕਿਸਾਨ ਮੋਰਚੇ ਦੇ ਕੋਈ ਵੀ ਭੈਣ ਭੇਦ ਨਹੀਂ ਅਸੀਂ ਸਾਰੇ ਫੈਸਲੇ ਇਕਜੁੱਟ ਹੋ ਕੇ ਹੀ ਕਰਾਂਗੇ ਉਹਨਾਂ ਕਿਹਾ ਕਿ ਅਗਲਾ ਮਾਟ 40 ਲੱਖ ਟਰੈਕਟਰਾਂ ਨਾਲ ਕਰਿਆ ਜਾਵੇਗਾ ਉਹਨਾਂ ਆਖ ਕੇ ਫਸਲਾਂ ਦੇ ਫੈਸਲੇ ਕਿਸਾਨ ਕਰੇਗਾ ਅੰਦੋਲਨ ਦੇ ਫੈਸਲੇ ਪੰਚ ਕਰੇਗਾ ਤੇ ਕਹਿੰਦੇ ਨੇ ਕਿ ਹੈ ਕਿ ਕੇਂਦਰ ਸਰਕਾਰ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਦੇ ਮਾਲਕਾਂ ਨੂੰ ਨੋਟਿਸ ਕਰਕੇ ਪਰੇਸ਼ਾਨ ਕਰਨਾ ਬੰਦ ਕਰੇ ਤਿਕੈਤ ਨੇ ਕਿਹਾ ਕਿ ਕਿਸਾਨ ਹੁਣ ਅੰਦੋਲਨ ਕਿਸਾਨ ਹੁਣ ਅੰਦੋਲਨ ਵਿੱਚ ਸ਼ਾਮਲ ਹੋਣ ਸਮੇ ਆਪਣੇ ਖੇਤ ਦੀ ਮਿੱਟੀ ਵੀ ਨਾਲ ਲੈ ਕੇ ਆਵੇ ਆ YouTube ਦੇ ਕਿਸਾਨੀ ਸੰਘਾਸਨ ਦੇ ਗੀਤ ਬੈਣ ਕਮਰ ਗਰੇਵਾਲ ਤੇ ਹਿਮਸੰਧੂ ਦੇ ਗੀਤਾਂ ਦੇ ਪਾਬੰਦੀ ਕਿਸ ਸਮਾਂ ਅੰਦੋਲਨ ਲਗਾਤਾਰ ਰਕੇ ਵਾਦਾ ਜਾ ਰਿਹਾ ਹੈ ਇਤਿਹਾਸੋ ਜ ਕੋਈ ਨਵਾਂ ਮੋੜ ਦੇਖਣ ਨੂੰ ਮਿਲਦਾ ਹੁਣ ਸਰਕਾਰ ਵੱਲੋਂ ਦੋ ਗੀਤਾ ਖਿਲਾਫ ਕੀਤੀ ਸ਼ਿਕਾਇਤ ਮਗਰੋਂ ਇੱਕ ਗੀਤ 파ਟੋਚੀ YouTube ਵਿੱਚ ਬੈਨ ਹੋ ਗਏ ਨੇ ਬੈਨ ਹੋਏ ਗੀਤਾਂ ਵਿੱਚ ਹਿੰਮਤ ਸੰਧੂ ਦਾ ਗੀਤ ਅਸੀਬ ਵੱਡਾਂਗੇ ਸ਼ਾਮਲ ਨੇ ਜਿਸ ਨੂੰ ਹਿੰਮਤ ਸੰਧੂ ਨੇ ਗਾਇਆ ਹੈ ਤੇ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਇਆ ਇਸ ਗੀਤ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਦੂਜਾ ਗੀਤ ਹੈ ਐਲਾਨ ਜਿਸ ਨੂੰ ਗਾਇਆ ਹੈ ਕਵਰ ਗਰੇਵਾਲ ਨੇ ਤੇ ਅਕਤੂਬਰ ਮਹੀਨੇ ਵਿੱਚ ਰਿਲੀਜ਼ ਹੋਇਆ ਇਸ ਗੀਤ ਨੂੰ 60 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਜਦ YouTube ਤੇ ਇਹਨਾਂ ਗੀਤਾਂ ਨੂੰ ਪਲੇ ਕੀਤਾ ਜਾਂਦਾ ਤਾਂ ਮੈਸੇਜ ਲਿਖਿਆ ਹੁੰਦਾ ਕਿ ਇਹ ਕੰਟੈਂਟ ਤੁਹਾਡੇ ਦੇਖਣ ਲਈ ਮੌਜੂਦ ਨਹੀਂ ਹੈ ਕਿਉਂਕਿ ਸਰਕਾਰ ਨੇ ਇਸ ਖਿਲਾਫ ਕਾਨੂੰਨੀ ਸ਼ਿਕਾਇਤ ਕੀਤੀ ਤੇ YouTube ਨੇ ਇਹਨਾਂ ਗੀਤਾਂ ਨੂੰ ਇਸ ਵੇਲੇ YouTube ਤੋਂ ਹਟਾ ਦਿੱਤਾ ਹੈ ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲਾਂ 1.9 ਲੱਖ ਲੱਖ ਸਦਾਨਾਂ ਤੋਂ ਕੋ ਬਾਰਡਰ ਤੇ ਪਰਤਿਆ ਵਾਪਸ ਕਿਹਾ ਪੰਜਾਬ ਹੀ ਅੰਦੋਲਨ ਦੀ ਕਰੇ ਅਗਵਾਈ 1 ਲੱਖ ਨਾਮੀ ਲੱਖਾਂ ਸੁਧਾਨਾ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਚੱਕਾ ਜਾਮ ਤੋਂ ਪਹਿਲਾਂ ਸੇਗੋ ਬਾਰਡਰ ਤੇ ਵਾਪਸ ਭਾਰਤ ਆਇਆ ਤੇ ਲੱਖਾਂ ਸੁਧਾਨਾ ਤੇ ਗੰਤਾਂਾਂ ਤੱਕ ਦੇ ਇਸ ਮੌਕੇ ਟਰੈਕਟਰ ਪੇੜ ਵਿੱਚ ਹਿੰਸਾ ਭਰਕਾਉਂਦਾ ਦੋਸ਼ ਲੱਗਿਆ ਤੇ ਲੱਖਾਂ ਸ਼ੁੱਕਰਵਾਰ ਸ਼ਾਮ ਨੂੰ ਸੇਗੋ ਸਰਹੱਦ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਕਿਸਾਨੀ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਸਾਨੀ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ 32 ਜਥੇਬੰਦੀਆਂ ਦੀ ਕਮੇਟੀ ਵਿੱਚੋਂ ਕਿਸੇ ਨੂੰ ਬਾਹਰ ਨਾ ਕੱਢਿਆ ਜਾਵੇ ਸਿਧਾਨਾਂ ਉਤੇ ਟਰੈਕਟਰ ਪਰਦਾਨ ਲਾਲ ਕਿਲੇ ਵਿਖੇ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼ ਵੀ ਜਿਹੜਾ ਇਸ ਵੇਲੇ ਲੱਗਿਆ ਹੋਇਆ ਤੇ ਪੁਲਿਸ ਉਸ ਨੂੰ ਲੱਭ ਰਹੀ ਹੈ ਸਰਕਾਰ ਕੋਲ ਕਾਨੂੰਨ ਦਾਦ ਕਰਨ ਲਈ ਇਹ ਨਿੱਤ ਤਾਰੀਖ ਤੱਕ ਸਮਾਂ ਦਿੱਤਾ ਹੈ ਤੇ ਬੋਲੇ ਫਿਰ ਉਲੇਖਾਂਗੇ ਅਗਲੀ ਰਣਨੀਤੀ ਕਿਸਾਨਾਂ ਵੱਲੋਂ ਕਾਲਾ ਦੇਸ਼ ਭਾਰਵਾਚਾ ਸ਼ਾਂਤੀਪੂਰਨ ਚੱਕਾ ਜਾਮ ਕੀਤਾ ਗਿਆ ਤੇ ਕਿਸਾਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਨੂੰ ਜਾਮ ਕੀਤਾ ਫਿਲਹਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਹਿੰਸਾ ਦੀ ਖਬਰ ਨਹੀਂ ਆਈ ਅਤੇ ਪਾਰਟੀ ਕਿਸਾਨੀ ਉਹਨਾਂ ਦੇ ਬੁਲਾਰੇ ਰਾਕਿਸਟ ਕਹਿੰਦੇ ਨੇ ਕਿ ਹੈ ਕਿ ਸਰਕਾਰ ਨੂੰ ਕਾਨੂੰਨ ਰੱਦ ਕਰ ਲੈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾਬੰਦੀ ਕਰਾਂਗੇ ਅਸੀਂ ਦਬਾਅ ਹੇਠ ਸਰਕਾਰ ਨਾਲ ਵਿਚਾਰ ਵਟਾਂਦਰਾ ਨਹੀਂ ਕਰ ਸਕਦੇ ਅਤੇ 70 ਵਰਤੀ ਗੱਲਬਾਤ ਹੋਵੇਗੀ ਉਹਨਾਂ ਇੱਕ ਵਾਰ ਫਿਰ ਕਿਹਾ ਕਿ ਤਿੰਨੋਂ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਹੀ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਤਿਰੰਗੇ ਦੀ ਬੇਅਦਬੀ ਵਾਲੀ ਘਟਨਾ ਕੋਰਾ ਝੂਠੇ ਸ਼ਿਵ ਸੈਨਾ ਨੇ ਪੀਐਮ ਮੋਦੀ ਦੇ ਦਾਅਵੇ ਦੇ ਚੁੱਕੇ ਸਵਾਲ ਅੱਜ ਸ਼ਬੇ ਜਨਵਰੀ ਨੂੰ ਲਾਲ ਕਿਲੇ ਤੇ ਤਿਰੰਗੇ ਦੀ ਬੇਅਦਬੀ ਹੋਣ ਦੀ ਘਟਨਾ ਨੂੰ ਰਾਸ਼ਟਰੀ ਮੀਡੀਆ ਸਮੇਤ ਭਾਈ-ਭਾਗੂਆਂ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿਰੰਗੇ ਦੀ ਬੇਅਦਬੀ ਤੋਂ ਦੇਸ਼ ਦੇ ਸ਼ਰਮਸਾਰ ਹੋਣ ਵਾਲੀ ਗੱਲ ਕਹੀ ਸੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਾਲ ਕਿਲੇ ਤੇ ਕਿਸਾਨੀ ਅਤੇ ਕਿਸੇ ਚੰਨ ਲਹਿਰਾਈ ਜਾਂਦੀ ਗੱਲ ਦਾ ਮੰਨ ਰਹੇ ਨੇ ਪਰ ਤਿਰੰਗੇ ਦੀ ਬੇਅਦਬੀ ਸੰਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਮੁੱਢੋਂ ਰੱਦ ਕਰ ਚੁੱਕੇ ਨੇ ਹੁਣ ਸਿਆਸੀ ਤਰਾਨੇ ਵੀ ਕਿਸਾਨਾਂ ਦੀ ਹਾਂ ਵਿੱਚ ਹਾਂ ਮਿਲਾਉਣੀ ਸ਼ੁਰੂ ਕਰ ਦਿੱਤੀ ਹੈ ਮਾ ਪਾਈ ਪਾ ਦੀ ਪਾਈ ਵਾਰ ਰਹਿ ਚੁੱਕੀ ਇਸ ਹਿਸ਼ੈਣਾ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਵੱਲੋਂ ਤਿਰੰਗੇ ਦੀ ਬੇਅਦਬੀ ਸੰਬੰਧੀ ਕੀਤੇ ਦਾਅਵੇ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਗੱਲ ਹੋਈ ਹੀ ਨਹੀਂ ਹੈ ਉਸ ਬਾਰੇ ਪ੍ਰਧਾਨ ਮੰਤਰੀ ਵੱਲੋਂ ਪ੍ਰਚਾਰ ਕਰਨਾ ਸਹੀ ਨਹੀਂ ਹੈ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਹਮਣਾ ਸਾਹਮਣਾ ਦੇ ਸੰਪਾਦਕੀ ਵਿੱਚ ਇਸ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਜੋ ਘਟਨਾ ਵਾਪਰੀ ਹੀ ਨਹੀਂ ਉਸ ਬਾਰੇ ਆਵਾਜ਼ ਉਠਾਉਣਾ ਵੀ ਰਾਸ਼ਟਰੀ ਝੰਡੇ ਦਾ ਇੱਕ ਬਹੁਤ ਵੱਡਾ ਅਪਮਾਨ ਹੈ ਸਬਜ਼ੀ ਦਾ ਤਰਕਾ ਪਵੇਗਾ ਮਹਿੰਗਾ ਕਈ ਸ਼ਹਿਰਾਂ 'ਚ 5000 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋਏ ਗੰਡੇ ਜੀਹਾਂ ਦੋਸਤੋ ਸੋਈਦਾ ਬਜਟ ਫਿਰ ਵਿਗੜਨ ਵਾਲਾ ਹੈ ਮੰਡੀ ਵਿੱਚ ਨਵੇਂ ਆਲੂ ਅਤੇ ਗੰਡਿਆਂ ਦੀ ਆਮ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਪਰ ਅਜਿਹਾ ਹੁੰਦਾ ਨਹੀਂ ਦਿਖ ਰਿਹਾ 5000 ਰੁਪਏ ਵਿੱਚ ਵਿਕ ਰਹੇ ਆਲੂ ਤਾਂ 10 ਤੋਂ 15 ਰੁਪਏ ਤੇ ਆ ਗਏ ਹਨ ਪਰ ਗੰਡਿਆਂ ਦੀ ਕੀਮਤਾਂ ਪਿਛਲੇ 5 ਦਿਨਾਂ ਤੋਂ 5 ਦਿਨਾਂ ਵਿੱਚ 20 ਰੁਪਏ ਤੋਂ ਵੱਧ ਗਈਆਂ ਨੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀ ਵੈਬਸਾਈਟ ਤੇ ਦਿੱਤੇ ਗਏ ਅੰਕੜਿਆਂ ਸਾਰੇ 1 ਫਰਵਰੀ ਦੇ ਮੁਕਾਬਲੇ ਜੈਪੁਰ ਵਿੱਚ ਗੰਡਿਆਂ ਦੀ ਕੀਮਤ 25 ਰੁਪਏ ਤੋਂ ਵਧ ਕੇ 45 ਰੁਪਏ ਹੋ ਗਈ ਹੈ ਮੁੰਬਈ ਦਿੱਲੀ ਮੁਜ਼ਫਰਪੁਰ ਵਿੱਚ ਇਹਨਾਂ 5 ਦਿਨਾਂ ਵਿੱਚ ਗੰਡਿਆਂ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਉਛਾਲ ਆਇਆ ਤੇ ਹਾਲਾਂਕਿ ਰਾਏਗੰਜ 임ਫਾਲ ਸ਼੍ਰੀਨਗਰ ਲਾਗਪੁਰ ਤੇ ਕਾਨਪੁਰ ਵਰਗੇ ਸ਼ਹਿਰਾਂ ਵਿੱਚ ਗੰਢੇ ਇੱਕ ਤੋਂ 10 ਰੁਪਏ ਸਸਤੇ ਵੀ ਹੋਏ ਨੇ ਤੇ ਬਾਕੀ ਜਿਹੜੇ ਦੇਸ਼ ਦੀਆਂ ਦੂਜੀ ਜ਼ਿਲ੍ਹੇ ਨੇ ਉਹਨਾਂ ਵਿੱਚ ਜਿਹੜੇ ਗੰਢਾ ਆ ਉਹ 45 ਰੁਪਏ ਤੱਕ ਪਹੁੰਚ ਚੁੱਕੇ ਨੇ ਕਿਸਾਨ ਚੱਕਾ ਜਮਦਰਾਨੀ ਰਾਕੇਸ਼ ਜੇ ਕਹਿਦੀ ਚੇਤਾਵਨੀਆਂ ਸਖਾਵੀ ਘਟਨਾ ਹੋਣ ਤੇ ਮਿਲੇਗੀ ਸਜ਼ਾ ਮੇਂ ਖੇਤੀ ਕਰਾਉਣਾਂ ਦਾ ਵਿਰੋਧ ਵਿਰਧ ਕਿਸਾਨਾਂ ਦਾ ਵਿਰੋਧ 73ਵੇਂ ਦਿਨ ਦਾ ਜਾਰੀ ਹੈ ਤੇ ਕਿਸਾਨ ਕੱਲ ਸ਼ਨੀਵਾਰ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰ ਰਹੇ ਸਨ ਅਤੇ ਇਸ ਨੂੰ ਦੇਖਦੇ ਹੋਏ ਰਾਜਤਨ ਇਸ ਸਮੇਂ ਦੇ ਕਈ ਸੂਬਿਆਂ ਦੀ ਪੁਲਿਸ ਅਲਾਰਟ ਤੇ ਸੀ ਅਤੇ ਉੱਥੇ ਹੀ ਪਾਤੇ ਕਿਸਾਨੀਆਂ ਦੇ ਅਗੂ ਰਿਕਵੈਸਟ ਕਰਨੇ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਅਨਸਕਾ ਵੀ ਘਟਨਾ ਹੁੰਦੀ ਹੈ ਤਾਂ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇਗੀ ਤਿਕਾਇਦਾ ਕਹਿਣਾ ਹੈ ਕਿ ਚੱਕਾ ਜਾਮ ਹਰ ਜਗ੍ਹਾ ਸ਼ਾਂਤੀਪੂਰ ਢੰਗ ਨਾਲ ਕੀਤਾ ਜਾਵੇਗਾ ਜੇਕਰ ਕੋਈ ਅਨਸਕਾ ਵੀ ਕਰਨਾ ਹੁੰਦੀ ਹੈ ਤਾਂ ਉਸ ਨੂੰ ਜਿਹੜੀ ਸਜ਼ਾ ਉਸੇ ਮੌਕੇ ਤੇ ਹੀ ਦਿੱਤੀ ਜਾਵੇਗੀ ਪੰਚਾਇਤੀ ਤਲਾਕ ਕਾਨੂੰਨ ਦੀ ਨਜ਼ਰ ਵਿੱਚ ਮੰਨਜੁਗ ਨਹੀਂ ਹਾਈ ਕੋਰਟ ਦੀ ਟਿੱਪਣੀ ਪਰੰਪਰਾਵਾਂ ਨੂੰ ਸਿਰਫ ਉਦੋਂ ਤੱਕ ਹੀ ਮਾਨਤਾ ਦਿੱਤੀ ਜਾ ਸਕਦੀ ਹੈ ਜਦੋਂ ਤੱਕ ਉਸ ਬਾਰੇ ਕਾਨੂੰਨ ਨਾ ਹੋਵੇ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਪੰਚਾਇਤੀ ਤਲਾਕ ਨੂੰ ਕਾਨੂੰਨ ਦੀ ਨਜ਼ਰ ਵਿੱਚ ਕੋਈ ਮਾਨਤਾ ਨਹੀਂ ਅਤੇ ਜਿਹੇ ਤਲਾਕ ਦੇ ਆਧਾਰ ਤੇ ਵਿਆਹ ਆਦਤ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਕਿਹਾ ਕਿ ਜਦੋਂ ਤਲਾਕ ਬਾਰੇ ਹਿੰਦੂ ਮੈਰਜ ਐਕਟ 1955 ਵਿੱਚ ਸਾਬਕਾ ਜ ਸਪਸ਼ਟ ਹੈ ਤਾਂ ਤਲਾਕ ਪਰੰਪਰਾਵਾਂ ਅਤੇ ਵਿਸ਼ਵਾਸਾਂ ਦੇ ਆਧਾਰ ਤੇ ਨਹੀਂ ਮੰਨਿਆ ਜਾ ਸਕਦਾ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਹਿੰਦੂ ਮੈਰਜ ਐਕਟ 1955 ਦੇ ਗਠਨ ਤੋਂ ਬਾਅਦ ਪੰਚਾਇਤੀ ਤਲਾਕ ਵਰਗੇ ਸਾਰੇ ਰਿਵਾਜ ਖਤਮ ਕਰ ਦਿੱਤੇ ਗਏ ਹਨ ਹਾਈ ਕੋਰਟ ਦੇ ਜਸਟਿਸ ਅਲਕਾ ਸਰੀਨੇ ਕਪੂਰਥਲਾ ਦੇ ਵਸਨੀਕ ਨਿਸ਼ਾਨ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਆਦੇਸ਼ ਦਿੱਤਾ ਹੈ ਨਿਸ਼ਾਨ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਸਿੱਖ ਧਰਮ ਦੇ ਅਨੁਸਾਰ ਇੱਕ ਜਨਵਰੀ ਨੂੰ ਖਾਦ ਕਿਦੇ ਇੱਕ ਗੁਰਦੁਆਰੇ ਵਿੱਚ ਇੱਕ 35 ਸਾਲਾਤ ਨਾਲ ਵਿਆਹ ਕਰਵਾ ਲਿਆ ਸੀ ਉਹ ਦੋਵੇਂ ਬਾਲਗ ਹਨ ਤੇ ਪਰ ਔਤ ਦੇ ਰਿਸ਼ਤੇਦਾਰ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਸ ਲਈ ਉਹਨਾਂ ਦੀ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿਸੇ ਦੀ ਸੁਣਵਾਈ ਤੋਂ ਜੱਜ ਨੇ ਪਾਇਆ ਕਿ ਜੋੜਾ ਪਹਿਲਾਂ ਤੋਂ ਸ਼ਾਦੀ ਸੁਦਾ ਸੀ ਜਦੋਂ ਕਿ ਔਰਤ ਨੇ ਪਹਿਲਾਂ ਆਪਣੇ ਪਤੀ ਤੋਂ ਕਾਨੂੰਨੀ ਤਲਾਕ ਲੈ ਲਿਆ ਸੀ ਪਰ ਆਦਮੀ ਨੇ ਆਪਣੀ ਪਿਛਲੀ ਪਤਨੀ ਤੋਂ ਪੰਚਾਇਤੀ ਤਲਾਕ ਹੀ ਲਿਆ ਸੀ ਪਟੀਸ਼ਨ ਕਰਤਾ ਨੇ ਉਹਨੇ ਜੂਨ 2017 ਨੂੰ ਆਪਣੀ ਪਿਛਲੀ ਪਤਨੀ ਦਾ ਹਲਫਨਾਮਾ ਵੀ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੇ ਪੰਚਾਇਤੀ ਤਲਾਕ ਰਾਹੀਂ ਆਪਣਾ ਵਿਆਹ ਖਤਮ ਕਰ ਦਿੱਤਾ ਸੀ ਪਰ ਜਿਹੜਾ ਹਾਈ ਕੋਰਟ ਨੇ ਉਹਨਾਂ ਪੰਚਾਇਤੀ ਤਲਾਕ ਨੂੰ ਮਨਜ਼ੂਰ ਨਹੀਂ ਕੀਤਾ ਪੰਜਾਬ ਦੇ ਜੀਐਸਟੀ ਬਕਾਇਆ ਮਗਰੋਂ ਹੁਣ ਕੇਂਦਰ ਨੇ ਰੋਕਿਆ ਇਹ ਫੰਡ ਨਹੀਂ ਦੱਸਿਆ ਕਾਰਨ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਦੁਬਾਰਾ ਝਟਕਾ ਦਿੱੰਦਿਆ ਹੁਣ ਪਿੰਡ ਵਿਕਾਸ ਫੰਡ ਵੀ ਰੋਕ ਲਿਆ ਗਿਆ ਹੈ ਜਿਸ ਕਾਰਨ ਸਰਕਾਰ ਨੂੰ ਵਿਆਜ ਤੇ ਪੈਸਾ ਚੁਕਾਉਣ ਲਈ ਮਜਬੂਰ ਹੋਣਾ ਪੈ ਰਿਹਾ ਤੇ ਇਸ ਨਾਲ ਸਰਕਾਰ ਤੇ ਲਗਾਤਾਰ ਆਰਥਿਕ ਬੋਝ ਵਧਦਾ ਜਾ ਰਿਹਾ ਹੈ हैरानी ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਫੰਡ ਰੋਕੇ ਜਾਣ ਦਾ ਕਾਰਨ ਵੀ ਸਪਸ਼ਟ ਤੌਰ ਤੇ ਨਹੀਂ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਪੈਸੇ ਨੂੰ ਜਾਰੀ ਕਰਵੋ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਪੀਐਮ ਕਿਸਾਨ ਸੰਕੀਮ ਨਾਲ ਲਿੰਕ ਹੋਏ ਕਿਸਾਨ ਕ੍ਰੈਡਿਟ ਕਾਰੀ ਯੋਜਨਾ ਕਿਸਾਨ ਭਰਾ ਇੰਜ ਲੈ ਸਕਦੇ ਨੇ ਲਾਭ ਜੀਹਾਂ ਦੋਸਤੋ ਕੇਂਦਰ ਸਰਕਾਰ ਨੇ ਕਿਸਾਨਰ ਦੇ ਹਿੱਤ ਲਈ ਕਈ ਯੋਜਨਾਵਾਂ ਚਲਾਈਆਂ ਨੇ ਇਸ ਦਾ ਫਾਇਦਾ ਦੇਸ਼ ਦੇ ਕਰੋੜਾ ਕਿਸਾਨ ਲੈ ਰਹੇ ਨੇ ਤੇ ਇਸ ਘੜੀ ਚ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਨਵੀਂ ਸੁਗਾ ਦਿੱਤੀ ਹੈ ਮੋਦੀ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰੀ ਯੋਜਨਾ ਨੂੰ ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਦੇ ਲਿੰਕ ਦੇ ਨਾਲ ਲਿੰਕ ਕਰ ਦਿੱਤਾ ਹੈ ਇਸ ਨਾਲ ਕਿਸਾਨਾਂ ਨੂੰ ਕਈ ਫਾਇਦੇ ਹੋ ਸਕਦੇ ਨੇ ਸਰਕਾਰੀ ਸੂਤਰਾਂ ਅਸਾਦ ਨਵੀਂ ਯੋਜਨਾਵਾਂ ਦੇ ਲਿੰਕ ਕਰਕੇ ਹੁਣ ਕੇਂਦਰ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਦੀ ਮੁਹਿੰਮ ਚਲਾਈ ਹੈ ਹਾਲੇ ਤੱਕ ਅਸੀਂ ਜੋ ਇਹਨਾਂ ਤਹਿਤ 176 ਲੱਖ ਕਿਸਾਨਾਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਨੇ ਤੇ ਇਸ ਐਪਲੀਕੇਸ਼ਨਾਂ ਹੀ ਕਿਸਾਨ ਕ੍ਰੈਡਿਟ ਕਾਰਡ ਤੇ ਹਾਲੇ ਤੱਕ ਕਰੋੜਾਂ ਰੁਪਏ ਦਾ ਕਾਜਲਾ ਵੀ ਦਿੱਤਾ ਜਾ ਚੁੱਕਿਆ ਹੈ ਤਾਂ ਦੋਸਤੋ ਜਿਹੜੀਆਂ ਆਪਣੇ ਦੁਆਰਾ ਖਬਰਾਂ ਦਿੱਤੀਆਂ ਜਾਂਦੀਆਂ ਨੇ ਉਸ ਬਾਰੇ ਤੁਹਾਡੇ ਕੀ ਵਿਚਾਰ ਹੁੰਦੇ ਨੇ ਉਹ ਸਾਡੇ ਨਾਲ ਸਾਂਝੇ ਜਰੂਰ ਕਰਨਾ ਵਿਚਾਰ ਸਾਂਝੇ ਕਰ ਲੈਣ ਤਾਂ ਇਹ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੇ ਨਾਲ ਹੀ ਆਪਣੀ ਵੀਡੀਓ ਨੂੰ ਵਾਤੋ-ਵਾਤ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੀ ਆਪਣੀਆਂ ਖਬਰਾਂ ਆਪਣੇ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚ ਸਕਣ ਇਸ ਦੇ ਨਾਲ ਹੀ ਆਪਣੀ ਅੱਜ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ